ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਰਾਜ ਪੰਜਾਬੀ ਕਹਾਣੀਆਂ ਵਿੱਚ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਅੱਜ ਤੁਹਾਡੇ ਲਈ ਕਹਾਣੀ ਪੇਸ਼ ਕਰਨ ਜਾ ਰਹੇ ਹਾਂ ਫਿਰ ਉਹ ਹੀ ਜ਼ਿੰਦਗੀ ਦਾ ਮੋੜ ਦਾ 39ਵਾਂ ਭਾਗ। ਸੁਮਨ ਦੇ ਨਾਲ ਆਰਤੀ ਮੈਮ ਡਿਊਟੀ 'ਤੇ ਸਨ ਅਤੇ ਉਹ ਮੋਹਾਲੀ ਤੋਂ ਆਏ ਸਨ ਡਿਊਟੀ ਦੇਣ, ਜਦਕਿ ਉਸਨੇ ਵਰਤ ਰੱਖਿਆ ਹੋਇਆ ਸੀ ਅਤੇ ਉਹ ਵਰਤ ਕਾਰਨ ਹਾਰ ਸ਼ਿੰਗਾਰ ਕਰਕੇ ਆਏ ਹੋਏ ਸਨ। ਉਸਨੇ ਸਹਿਜੇ ਹੀ ਸੁਮਨ ਨੂੰ ਪੁੱਛਿਆ, ਤੁਸੀਂ ਨਹੀਂ ਰੱਖਦੇ ਵਰਤ? ਸੁਮਨ, ਨਹੀਂ ਮੈਂ ਵਰਤ ਨਹੀਂ ਰੱਖਦੀ। ਆਰਤੀ ਮੈਮ ਨੂੰ ਇੰਨਾ ਤਾਂ ਪਤਾ ਸੀ ਕਿ ਉਹ ਸੁਮਨ ਲੇਖਕ ਵੀ ਹੈ, ਪਰ ਹੌਲੀ ਹੌਲੀ ਗੱਲਾਂ ਬਾਤਾਂ ਰਾਹੀਂ ਉਸਨੂੰ ਪਤਾ ਲੱਗਿਆ ਕਿ ਸੁਮਨ ਆਪਣੇ ਪੇਕੇ ਘਰ ਹੀ ਰਹਿੰਦੀ ਹੈ। ਸੁਮਨ ਆਪਣੇ ਕੰਪਿਊਟਰ ਟੀਚਰ ਯੂਨੀਅਨ ਦੇ ਨਵਾਂਸ਼ਹਿਰ ਦੇ ਗਰੁੱਪ 'ਚ ਆਪਣੀਆਂ ਕਵਿਤਾਵਾਂ ਪਾਉਂਦੀ ਰਹਿੰਦੀ ਸੀ ਕਦੇ ਕਦੇ, ਇਸ ਲਈ ਉਹ ਸੁਮਨ ਦੀ ਲੇਖਣ ਕਲਾ ਤੋਂ ਵਾਕਿਫ ਸੀ। ਸੁਮਨ ਨੇ ਉਸਨੂੰ ਦੱਸਿਆ ਕਿ ਉਹ ਇੰਨੀ ਦਿਨੀ ਆਪਣੀ ਆਟੋ ਬਾਇਓਗ੍ਰਾਫੀ ਲਿਖ ਰਹੀ ਹੈ, ਇਸ ਲਈ ਅਜੇ ਕਵਿਤਾਵਾਂ ਵੱਲ ਧਿਆਨ ਨਹੀਂ ਦੇ ਰਹੀ। ਸੁਮਨ ਨੇ ਪਰ ਉਸਨੂੰ ਸਟੋਰੀ ਦਾ ਨਾਮ ਨਹੀਂ ਦੱਸਿਆ ਕਿਉਂਕਿ ਉਹ ਸੁਮਨ ਦੀ ਪਰਸਨਲ ਲਾਈਫ ਬਾਰੇ ਬਹੁਤ ਨਹੀਂ ਜਾਣਦੀ ਸੀ ਅਤੇ ਸੁਮਨ ਨਹੀਂ ਚਾਹੁੰਦੀ ਸੀ ਕਿ ਸਟੋਰੀ ਦਾ ਨਾਮ ਉਸਨੂੰ ਸੁਣ ਕੇ ਉਸ 'ਤੇ ਸਵਾਲ ਕਰਨ ਲੱਗੇ ਅਤੇ ਸੁਮਨ ਫਿਰ ਉਹੀ ਸਵਾਲ ਜਵਾਬ ਦੀ ਕਸ਼ਮਕਸ਼ 'ਚ ਫਸ ਕੇ ਆਪਣੇ ਅਤੀਤ 'ਚ ਚਲੀ ਜਾਵੇ। ਸੁਮਨ ਅੱਜ ਉਹਨਾਂ ਗੱਲਾਂ ਨੂੰ ਦੁਬਾਰਾ ਕਰਨ ਦੇ ਮੂਡ 'ਚ ਨਹੀਂ ਸੀ। ਸੁਮਨ ਵੈਸੇ ਵੀ ਜੇ ਕਿਸੇ ਨੂੰ ਇਹ ਦੱਸ ਬਹਿੰਦੀ ਸੀ ਕਿ ਉਹ ਉਸਦੀ ਆਟੋਬਾਇਓਗ੍ਰਾਫੀ ਪੜ੍ਹ ਸਕਦੇ ਨੇ ਤਾਂ ਸਾਹਮਣੇ ਵਾਲਾ ਇਨਸਾਨ ਟਾਈਟਲ ਸੁਣ ਕੇ ਕਈ ਵਾਰ ਸੋਚਾਂ 'ਚ ਪੈ ਜਾਂਦਾ, ਕਿਉਂਕਿ ਕਈਆਂ ਨੂੰ ਪਤਾ ਹੀ ਨਹੀਂ ਸੀ ਕਿ ਉਸਦੇ ਦੋ ਵਿਆਹ ਹੋਏ ਨੇ। ਕਈ ਅਣਜਾਣ ਲੋਕ ਜਦ ਉਸਦੇ ਲਿੰਕ 'ਚ ਨਵੇਂ ਨਵੇਂ ਆਉਂਦੇ ਸਨ ਤਾਂ ਉਸਨੂੰ ਅਨਮੈਰਿਡ ਵੀ ਸਮਝ ਲੈਂਦੇ ਸਨ, ਜਦਕਿ ਕੋਈ ਨਹੀਂ ਜਾਣਦਾ ਸੀ ਕਿ ਉਹ ਦੋ ਵਿਆਹਾਂ ਦੇ ਧੱਕੇ ਚੜ੍ਹ ਕੇ ਆਪਣੀ ਲਾਈਫ 'ਚ ਬਹੁਤ ਕੌੜੇ ਅਨੁਭਵ ਕਰ ਚੁੱਕੀ ਸੀ, ਕਿਉਂਕਿ ਉਸਦੀ ਦਿੱਖ ਵੀ ਸਭ ਨੂੰ ਇਹ ਸੋਚਣ ਲਈ ਮਜਬੂਰ ਕਰਦੀ ਸੀ ਕਿ ਉਹ ਬਹੁਤ ਹੀ ਟੈਨਸ਼ਨ ਫਰੀ ਪਰਸਨ ਹੈ ਜਿਸ ਨੂੰ ਜ਼ਿੰਦਗੀ 'ਚ ਸ਼ਾਇਦ ਹੀ ਕੋਈ ਤਕਲੀਫ ਆਈ ਹੋਵੇਗੀ। ਦੁਪਹਿਰ 3 ਵਜੇ ਦੇ ਕਰੀਬ ਆਰਤੀ ਮੈਮ, ਮੈਂ ਲੇਟ ਬਹੁਤ ਹੋ ਜਾਣਾ ਜੇ ਮੈਂ 5 ਵਜੇ ਤੁਰੀ, ਮੈਨੂੰ 2 ਘੰਟੇ ਲੱਗ ਜਾਣੇ ਘਰ ਜਾਂਦਿਆਂ, ਮੈਂ ਜਾਵਾਂ ਹੁਣੇ ਹੀ, ਮੈਂ ਕਥਾ ਕਿਹੜੇ ਵੇਲੇ ਸੁਣੂੰਗੀ? ਸੁਮਨ ਪਿਆਰ ਨਾਲ, ਹਾਂ ਹਾਂ ਤੁਸੀਂ ਜਾਓ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਚੱਲ ਜਾਇਓ, ਤੁਸੀਂ ਲੇਟ ਬਹੁਤ ਹੋ ਜਾਣਾ, ਚੱਲ ਜਾਓ ਤੁਸੀਂ ਹੁਣ, ਮੈਂ ਆਪੇ ਸਾਂਭ ਲੈਣਾ ਇੱਥੇ, ਤੁਸੀਂ ਜਾਓ। ਸੁਮਨ ਨੇ ਮੈਮ ਦੀ ਮਜਬੂਰੀ ਨੂੰ ਸਮਝਦੇ ਹੋਏ ਉਸਨੂੰ ਉਸੇ ਟਾਈਮ ਘਰ ਭੇਜ ਦਿੱਤਾ ਤਾਂ ਕਿ ਉਹ ਆਪਣਾ ਵਰਤ ਚੰਗੀ ਤਰ੍ਹਾਂ ਸੈਲੀਬ੍ਰੇਟ ਕਰ ਸਕੇ ਅਤੇ ਉਸਨੂੰ ਜ਼ਿਆਦਾ ਥਕਾਵਟ ਨਾ ਹੋਵੇ। ਸ਼ਾਮ ਨੂੰ 5 ਵਜੇ ਜੈਂਟ ਸਟਾਫ 'ਚੋਂ ਰਾਤ ਦੀ ਡਿਊਟੀ ਲਈ ਇੱਕ ਕੰਪਿਊਟਰ ਟੀਚਰ ਪਹੁੰਚ ਗਏ ਸਨ ਜੋ ਸੁਮਨ ਨੂੰ ਜਾਣਦੇ ਹੀ ਸਨ। ਸੁਮਨ ਨੇ ਉਹਨਾਂ ਨੂੰ ਚਾਰਜ ਸੰਭਾਲਿਆ ਅਤੇ ਜਾਣ ਦੀ ਤਿਆਰੀ ਕਰਨ ਲੱਗੀ। ਸਰ, ਤੁਹਾਡੀਆਂ ਕਵਿਤਾਵਾਂ ਬਹੁਤ ਅੱਤ ਹੁੰਦੀਆਂ ਹਨ ਜਿਹੜੀਆਂ ਗਰੁੱਪ 'ਚ ਪਾਉਂਦੇ ਹੁੰਦੇ, ਹੁਣ ਕਿਉਂ ਨਹੀਂ ਪਾਉਂਦੇ? ਹੁਣ ਪਾਈ ਨਹੀਂ ਕਦੇ। ਸੁਮਨ, ਅਜੇ ਮੈਂ ਇੱਕ ਸਟੋਰੀ ਲਿਖਦੀ ਹਾਂ, ਉਹਦੇ 'ਚ ਬਿਜ਼ੀ ਹਾਂ ਤਾਂ ਨਹੀਂ ਪਾਉਂਦੀ, ਬਸ ਖਤਮ ਹੀ ਹੋਣ ਵਾਲੀ ਹੈ, ਫਿਰ ਪਾਇਆ ਕਰੂੰਗੀ। ਸੁਮਨ, ਜੇ ਕੋਈ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਦੱਸ ਦਿਓ, ਮੈਂ ਫੜਾ ਜਾਂਦੀ ਹਾਂ, ਮੇਰਾ ਘਰ ਨੇੜੇ ਹੀ ਆ। ਸਰ ਹੱਸਦੇ ਹੋਏ, ਤੁਸੀਂ ਬਸ ਕਵਿਤਾਵਾਂ ਭੇਜ ਦਿਓ ਕਰੋ ਸਾਨੂੰ, ਹੋਰ ਕੁਝ ਨਹੀਂ ਚਾਹੀਦਾ। ਸੁਮਨ ਹੱਸਦੇ ਹੋਏ, ਹਾਂ ਹਾਂ ਅੱਛਾ ਜ਼ਰੂਰ, ਕੋਈ ਨਹੀਂ, ਤੁਸੀਂ ਪਰਸਨਲ ਚੈਟ 'ਤੇ ਮੈਸੇਜ ਕਰ ਦਿਓ, ਤੁਹਾਨੂੰ ਸਪੈਸ਼ਲ ਭੇਜ ਦਿਆ ਕਰੂੰਗੀ ਅਲੱਗ ਤੋਂ। ਸੁਮਨ 5:15 ਵਜੇ ਪਹੁੰਚੀ ਤਾਂ ਦੇਖਿਆ ਕਿ ਵਨੀਤਾ ਵੀ ਵਰਤ ਲਈ
ਸਾੜੀ ਪਾ ਕੇ ਤਿਆਰ ਹੋ ਚੁੱਕੀ ਸੀ ਅਤੇ ਸੋਨੀ ਕੰਮ ਵਾਲੀ ਕੋਲੋਂ ਆਪਣੀ ਫੋਟੋਆਂ ਖਿਚਵਾ ਰਹੀ ਸੀ ਤਾਂ ਉਸਨੇ ਸੁਮਨ ਨੂੰ ਵੀ ਫੋਟੋਆਂ ਖਿਚਵਾਉਣ ਲਈ ਕਿਹਾ। ਉਸ ਨਾਲ ਸੁਮਨ ਵੀ ਉਸ ਨਾਲ ਫੋਟੋਆਂ ਕਰਵਾਉਣ ਲੱਗੀ ਕਿਉਂਕਿ ਹਰ ਸਾਲ ਉਹ ਕਰਵਾ ਚੌਥ 'ਤੇ ਉਸ ਨਾਲ ਫੋਟੋਆਂ ਕਰਵਾਉਂਦੀ ਸੀ। ਫਰਕ ਸਿਰਫ ਇਹ ਸੀ ਕਿ ਹਰ ਸਾਲ ਉਹ ਵਰਤ ਰੱਖ ਸੱਜ ਧੱਜ ਕੇ ਇਕੱਠੀਆਂ ਫੋਟੋਆਂ ਕਰਵਾਉਂਦੀਆਂ ਸਨ, ਜਦਕਿ ਇਸ ਵਾਰ ਸੁਮਨ ਉਸ ਨਾਲ ਇਸ ਲਈ ਫੋਟੋਆਂ ਕਰਵਾ ਰਹੀ ਸੀ ਕਿਉਂਕਿ ਉਸ ਦੀ ਖੁਸ਼ੀ 'ਚ ਖੁਸ਼ ਹੋਣਾ ਚਾਹੁੰਦੀ ਸੀ ਅਤੇ ਆਪਣੀ ਲਾਈਫ 'ਚ ਖੁਦ ਨੂੰ ਖੁਸ਼ ਦਿਖਾਉਣਾ ਵੀ ਤਾਂ ਕਿ ਵਨੀਤਾ ਇਸ ਤਿਉਹਾਰ ਦਾ ਆਨੰਦ ਲੈ ਸਕੇ। ਸੁਮਨ ਦੇ ਜੀਜਾ ਜੀ ਨੇ ਲੁਧਿਆਣੇ ਤੋਂ ਆਉਣਾ ਸੀ ਕਿਉਂਕਿ ਉਹਨਾਂ ਦੀ ਪੋਸਟਿੰਗ ਹੁਣ ਲੁਧਿਆਣਾ ਸੀ। ਸੁਮਨ ਨੇ ਉਹਨਾਂ ਦੇ ਆਉਣ 'ਤੇ ਫਿਰ ਵਨੀਤਾ ਅਤੇ ਉਸ ਦੇ ਹਸਬੈਂਡ ਪਰਮ ਦੀਆਂ ਕਰਵਾ ਚੌਥ ਦੀਆਂ ਕੁਝ ਯਾਦਗਾਰ ਪਿਕਸ ਕਲਿੱਕ ਕੀਤੀਆਂ। ਦਿਨ ਦੇ ਅੰਤ ਤੱਕ ਸੁਮਨ ਨੇ ਸ਼ੁਕਰ ਮਨਾਇਆ ਕਿ ਅਨੁਜ ਉਸ ਦਿਨ ਉਸ ਨੂੰ ਨਹੀਂ ਟੱਕਰਿਆ ਸੀ, ਪਰ ਰਾਤ ਨੂੰ ਆਏ ਅਨੁਜ ਦੇ ਮੈਸੇਜ, ਮਿਸ ਯੂ, ਚੰਗਾ ਹੋਇਆ ਤੂੰ ਵਰਤ ਨਹੀਂ ਰੱਖਿਆ, ਚੰਦ ਲੇਟ ਨਿਕਲਿਆ। ਸੁਮਨ ਨੇ ਉਸ ਨੂੰ ਕੋਈ ਰਿਪਲਾਈ ਨਹੀਂ ਕੀਤਾ, ਉਹ ਉਸ ਦੇ ਰਿਪਲਾਈ ਬਹੁਤ ਘੱਟ ਹੀ ਕੀਤੇ ਕਰਦੀ ਸੀ। ਜਦ ਉਸ ਦੇ ਸਬਰ ਦੀ ਹੱਦ ਹੋ ਜਾਵੇ। ਅਗਲੇ ਦਿਨ 5 ਨਵੰਬਰ ਨੂੰ ਸੁਮਨ ਦੀ ਮੈਰਿਜ ਐਨੀਵਰਸਰੀ ਸੀ। ਹਰ ਇੱਕ ਦਿਨ ਚੁਣ ਚੁਣ ਕੇ ਉਸ ਨੂੰ ਕੋੜੇ ਪਲਾਂ ਦੀ ਯਾਦ ਦਿਵਾਉਂਦਾ ਸੀ। ਉਹ ਸੋਚ ਰਹੀ ਸੀ ਕਿ ਮਿੱਠੀਆਂ ਯਾਦਾਂ ਜਦ ਕੌੜੀਆਂ ਬਣ ਜਾਣ ਤਾਂ ਉਹਨਾਂ ਨੂੰ ਮੁੜ ਮਿੱਠੀਆਂ ਯਾਦਾਂ 'ਚ ਤਬਦੀਲ ਕਰਨਾ ਅਸੰਭਵ ਹੋ ਜਾਂਦਾ ਹੈ, ਜਿਵੇਂ ਯਕੀਨ ਇੱਕ ਵਾਰ ਟੁੱਟ ਕੇ ਦੁਬਾਰਾ ਨਹੀਂ ਜੁੜਦਾ। ਬਿਲਕੁਲ ਉਸੇ ਤਰ੍ਹਾਂ ਸੁਮਨ ਨੂੰ ਉਹ ਸ਼ੇਰ ਯਾਦ ਆ ਗਿਆ ਜੋ ਬਹੁਤ ਸਾਲ ਪਹਿਲਾਂ ਉਸਨੇ ਅਖਬਾਰ 'ਚ ਪੜ੍ਹਿਆ ਸੀ ਅਤੇ ਉਸਨੂੰ ਬਹੁਤ ਪਸੰਦ ਸੀ। ਜਬ ਵੀ ਗੁਜਰੇ ਹਮ ਲਮਹੋਂ ਕਾ ਖਿਆਲ ਆਤਾ ਹੈ, ਖੂਬ ਰੋਤੀ ਹੈ ਮੇਰੇ ਦਿਲ ਸੇ ਲਿਪਟ ਕਰ ਯਾਦੇਂ। ਅਗਲੇ ਦਿਨ ਸੁਮਨ ਦੀ ਮੈਰਿਜ ਐਨੀਵਰਸਰੀ ਸੀ। ਸੁਮਨ ਨੂੰ ਆਏ ਸਵੇਰੇ 6 ਵਜੇ ਅਨੁਜ ਦੇ ਮੈਸੇਜ, ਵੈਰੀ ਹੈਪੀ ਮੈਰਿਜ ਐਨੀਵਰਸਰੀ ਡੀਅਰ, ਤੁਸੀਂ ਅੱਜ ਹੀ ਮੈਨੂੰ ਦੱਸ ਦਿਓ ਕਿ ਤੁਹਾਨੂੰ ਮੇਰੇ 'ਤੇ ਯਕੀਨ ਹੈ ਕਿ ਨਹੀਂ ਜੀ, ਅੱਜ ਮੈਨੂੰ ਮੇਰੀ ਔਕਾਤ ਪਤਾ ਚੱਲ ਜਾਣੀ ਜੀ, ਜੇ ਨਹੀਂ ਹੈ ਯਕੀਨ ਤੁਹਾਨੂੰ ਦੇਖਣ ਨੂੰ ਵੀ ਨਹੀਂ ਮਿਲਣਾ, ਲੱਭਦੇ ਰਹੋ ਫਿਰ ਜਿਹਨੂੰ ਕਹਿੰਦੇ ਕਿਉਂ ਆਇਆ। ਸੁਮਨ ਮਰ ਕੇ ਵੀ ਇੱਕ ਹੋਰ ਬੋਝ ਪਾ ਕੇ ਜਾਵੇਗਾ ਮੇਰੇ 'ਤੇ। ਸੁਮਨ ਉਸਨੂੰ ਬਹੁਤ ਘੱਟ ਕਿਤੇ ਜਵਾਬ ਦਿੰਦੀ ਸੀ, ਪਰ ਜਦ ਉਹ ਕੋਈ ਮਰਨ ਮਰਾਉਣ ਦੀ ਗੱਲ ਕਰਦਾ ਤਾਂ ਸੁਮਨ ਘਬਰਾ ਜਾਂਦੀ ਅਤੇ ਰਿਪਲਾਈ ਕਰ ਦਿੰਦੀ। ਪਰ ਉਹ ਆਪਣੇ ਮੈਸੇਜ ਤੋਂ ਉਸਨੂੰ ਇਹ ਵੀ ਨਹੀਂ ਜਤਾਉਂਦੀ ਸੀ ਕਿ ਉਸਦੇ ਅਜਿਹੇ ਸਟੈਪ ਨਾਲ ਉਸਨੂੰ ਕੋਈ ਬਾਹਲਾ ਫਰਕ ਪਵੇਗਾ। ਅੰਦਰੋਂ ਭਾਵੇਂ ਉਹ ਟੈਨਸ਼ਨ 'ਚ ਹੀ ਹੋਵੇ ਉਹਨਾਂ ਗੱਲਾਂ ਕਾਰਨ ਸੁਮਨ ਨੇ ਸਕੂਲ ਜਾ ਕੇ ਮੈਸੇਜ ਰਾਹੀਂ ਵਨੀਤਾ ਨੂੰ ਦੱਸਿਆ ਉਸਦੇ ਮੈਸੇਜ ਬਾਰੇ। ਤਾਂ ਵਨੀਤਾ ਦੀ ਰਿਪਲਾਈ ਸੀ, ਬਖੰਡੀ ਹੈ ਸਾਲਾ। ਸੁਮਨ ਨੂੰ ਆਇਆ ਥੋੜ੍ਹੀ ਦੇਰ ਬਾਅਦ ਰੀਮਾ ਦਾ ਫੋਨ, ਕਿਉਂਕਿ ਇੱਕ ਦਿਨ ਪਹਿਲਾਂ ਕਰਵਾ ਚੌਥ ਸੀ ਅਤੇ ਰੀਮਾ ਨੂੰ ਪਤਾ ਸੀ ਕਿ ਸੁਮਨ ਨੇ ਇਸ ਵਾਰ ਤੋਂ ਇਹ ਵਰਤ ਰੱਖਣਾ ਛੱਡ ਦਿੱਤਾ ਹੈ। ਇਸ ਲਈ ਉਹ ਸ਼ਾਇਦ ਸੁਮਨ ਦੀ ਮਨੋਸਥਿਤੀ ਦਾ ਜਾਇਜ਼ਾ ਲੈਣਾ ਚਾਹੁੰਦੀ ਸੀ ਕਿ ਕਿਤੇ ਉਹ ਦੁਖੀ ਤਾਂ ਨਹੀਂ, ਕਿਉਂਕਿ ਰੀਮਾ ਦੀ ਸੁਮਨ ਨਾਲ ਇੰਨੀ ਦਿਨੀ ਗੱਲ ਨਹੀਂ ਹੋ ਸਕੀ। ਉਹ ਵੀ ਬਿਜ਼ੀ ਰਹਿੰਦੀ ਸੀ ਅਤੇ ਸੁਮਨ ਵੀ। ਸੁਮਨ ਨੂੰ ਪਤਾ ਸੀ ਕਿ ਉਹ ਉਸਦੀ ਮਨੋਸਥਿਤੀ ਦਾ ਜਾਇਜ਼ਾ ਲੈਣਾ ਚਾਹੁੰਦੀ ਹੈ, ਇਸ ਲਈ ਸੁਮਨ ਨੇ ਉਸਨੂੰ ਖੁਦ ਨੂੰ ਨੋਰਮਲ ਹੀ ਦਰਸਾਉਣਾ ਸੀ, ਜਿਵੇਂ ਉਹ ਹਮੇਸ਼ਾ ਹੀ ਕਰਦੀ ਆਈ ਸੀ। ਸੁਮਨ ਨੇ ਉਸਨੂੰ ਦੱਸਿਆ ਕਿ ਉਹ ਸਕੂਲ ਡਾਕ 'ਚ ਬਿਜ਼ੀ ਹੈ ਅਤੇ ਬਾਅਦ 'ਚ ਫੋਨ ਕਰੇਗੀ।
ਸਕੂਲ 'ਚ ਮੈਮ ਨੇ ਸੁਮਨ ਨੂੰ ਜਦ ਬਿਨਾਂ ਮਹਿੰਦੀ ਲੱਗੇ ਦੇਖਿਆ ਤਾਂ ਪੁੱਛਿਆ, ਤੁਸੀਂ ਮਹਿੰਦੀ ਲਗਾਈ ਇਸ ਵਾਰ ਵਰਤ 'ਤੇ? ਸੁਮਨ, ਮੈਂ ਰੱਖਦੀ ਨਹੀਂ, ਤੁਹਾਨੂੰ ਦੱਸਿਆ ਤਾਂ ਸੀ ਮੈਂ ਨਹੀਂ ਰੱਖਣਾ। ਮੈਮ, ਹਾਂ ਅੱਛਾ, ਕਾਹਨੂੰ ਛੱਡਣਾ ਸੀ ਵਿੱਚ, ਰੱਖ ਲੈਂਦੇ ਤਾਂ। ਚੱਲ ਫਿਰ ਕੀ ਸੀ? ਸੁਮਨ, ਤੁਹਾਨੂੰ ਪਤਾ ਫਿਰ ਚਾਪਰ ਜਾਣਾ ਸੀ ਇਹਨੇ ਅਨੁਜ ਨੇ, ਮੈਂ ਨਹੀਂ ਕੋਈ ਆਸ ਬੰਨਣਾ ਚਾਹੁੰਦੀ ਉਹਨੂੰ। ਸੁਮਨ ਸਭ ਅੱਗੇ ਖੁੱਲ੍ਹੇ ਦਿਲ ਨਾਲ ਆਪਣੇ ਵਿਚਾਰ ਰੱਖਦੀ ਸੀ, ਉਸ ਨੂੰ ਖੁਦ 'ਤੇ ਯਕੀਨ ਸੀ। ਅਰਪਿਤ ਨੂੰ ਸ਼ੁਰੂ ਤੋਂ ਹੀ ਕ੍ਰਿਕਟ ਦਾ ਬਹੁਤ ਸ਼ੌਂਕ ਸੀ ਅਤੇ ਸੁਮਨ ਵੀ ਉਸ ਨੂੰ ਕ੍ਰਿਕਟਰ ਬਣਾਉਣ ਦੀ ਚਾਹਵਾਨ ਸੀ, ਕਿਉਂਕਿ ਉਹ ਉਸ ਨੂੰ ਨਸ਼ਿਆਂ ਤੋਂ ਪਰੇ ਸਪੋਰਟਸ ਲਾਈਨ 'ਚ ਹੀ ਪਾਉਣਾ ਚਾਹੁੰਦੀ ਸੀ ਅਤੇ ਕੁਦਰਤੀ ਅਰਪਿਤ ਦਾ ਇੰਟਰਸਟ ਵੀ ਕ੍ਰਿਕਟ 'ਚ ਹੀ ਸੀ। ਮਾਰਚ 2020 'ਚ ਉਸ ਨੇ ਅਰਪਿਤ ਨੂੰ ਲੁਧਿਆਣਾ ਸਤਲੁਜ ਕ੍ਰਿਕਟ ਅਕੈਡਮੀ 'ਚ ਐਡਮਿਟ ਕਰਵਾਉਣ ਦੇ ਲਈ ਵੀ ਗੱਲ ਕਰ ਲਈ ਸੀ ਅਤੇ ਉਸ ਨੂੰ ਉਸਦਾ ਸਕੂਲ ਵੀ ਚੇਂਜ ਕਰਨ ਬਾਰੇ ਸੋਚ ਰੱਖਿਆ ਸੀ, ਪਰ ਮਾਰਚ ਮਹੀਨੇ 'ਚ ਲੋਕਡਾਊਨ ਹੋਣ ਕਾਰਨ ਅਤੇ ਕਰੋਨਾ ਮਹਾਂਮਾਰੀ ਦੇ ਚੱਲਦੇ ਉਸ ਨੂੰ ਇਹ ਕੰਮ ਵੀ ਲਟਕਾਉਣਾ ਪਿਆ ਸੀ। ਸੁਮਨ ਨੂੰ ਹੁਣੇ ਤੋਂ ਹੀ ਅਰਪਿਤ ਦੇ ਕੈਰੀਅਰ ਦੀ ਚਿੰਤਾ ਰਹਿੰਦੀ ਸੀ। ਪਿਛਲੇ ਸਾਲ ਅਕਤੂਬਰ ਮਹੀਨੇ 'ਚ ਸੁਮਨ ਨੇ ਅਰਪਿਤ ਦੀ ਕੁਝ ਮਹੀਨੇ ਲਈ ਆਰਕੇ ਆਰੀਆ ਕਾਲਜ ਨਵਾਂਸ਼ਹਿਰ ਦੇ ਕ੍ਰਿਕਟ ਅਕੈਡਮੀ 'ਚ ਕੋਚਿੰਗ ਵੀ ਲਗਵਾਈ ਸੀ। ਉਨੀ ਦਿਨੀ ਉਸਨੇ ਅਰਪਿਤ ਦੀ ਕੋਚਿੰਗ ਲਈ ਬਹੁਤ ਨੱਠ ਭੱਜ ਕੀਤੀ ਸੀ। ਉਹ 3:55 'ਤੇ ਘਰ ਆਉਂਦੀ ਸੀ ਅਤੇ ਆਉਂਦਿਆਂ ਹੀ ਉਸਨੂੰ ਅਰਪਿਤ ਨੂੰ ਅਕੈਡਮੀ ਛੱਡਣ ਜਾਣਾ ਪੈਂਦਾ ਸੀ ਅਤੇ ਫਿਰ 6:45 ਉਹ ਉਸਨੂੰ ਟਿਊਸ਼ਨ ਛੱਡ ਕੇ ਆਉਂਦੀ ਅਤੇ ਫਿਰ 7:00 ਟਿਊਸ਼ਨ ਤੋਂ ਫਿਰ ਘਰ ਨੂੰ ਲੈ ਕੇ ਆਉਂਦੀ ਸੀ। ਇਸ ਤਰ੍ਹਾਂ ਸੁਮਨ ਦੀ ਨੱਠ ਭੱਜ ਤਾਂ ਹੁੰਦੀ ਹੀ ਸੀ ਪਰ ਅਰਪਿਤ ਵੀ ਬਹੁਤ ਥੱਕ ਜਾਂਦਾ ਸੀ। ਵੈਸੇ ਸੁਮਨ ਦੀ ਨੱਠ ਭੱਜ ਹਮੇਸ਼ਾ ਤੋਂ ਹੀ ਬਣੀ ਹੋਈ ਸੀ, ਉਸ ਲਈ ਰੋਜ਼ਮਰ੍ਰਾ ਦੀ ਇਹ ਨੱਠ ਭੱਜ ਇੱਕ ਆਮ ਗੱਲ ਹੋ ਚੁੱਕੀ ਸੀ। ਸੁਮਨ ਦੇ ਡੈਡੀ ਅਰਪਿਤ ਦੇ ਨਾਮ 'ਤੇ ਇੱਕ 50,000 ਦੀ FD ਕਰਵਾਉਣਾ ਚਾਹੁੰਦੇ ਸਨ। ਉਹਨਾਂ ਨੇ ਸੁਮਨ ਨੂੰ ਕਿਹਾ ਕਿ ਉਹ ਅਰਪਿਤ ਦੇ ਕੁਝ ਜ਼ਰੂਰੀ ਡਾਕੂਮੈਂਟ ਉਹਨਾਂ ਨੂੰ ਫੜਾ ਦੇਵੇ ਬੈਂਕਿੰਗ ਵਾਸਤੇ। ਉਹ ਅੱਜ ਕੱਲ੍ਹ ਇਹ ਸੋਚਣ ਲੱਗੇ ਸਨ ਜਿਵੇਂ ਇਸ ਦੁਨੀਆ ਤੋਂ ਜਾਣ ਵਾਲੇ ਹੋਣ ਅਤੇ ਇਸ ਤੋਂ ਪਹਿਲਾਂ ਅਰਪਿਤ ਲਈ ਕੁਝ ਨਾ ਕੁਝ ਕਰਨਾ ਚਾਹੁੰਦੇ ਸਨ। ਸੁਮਨ ਨੇ ਮਨਾ ਵੀ ਕੀਤਾ ਕਿ ਇੰਜ ਇੰਨੇ ਪੈਸੇ ਜਮ੍ਹਾਂ ਕਰਾਉਣ ਦੀ ਕੀ ਲੋੜ ਹੈ, ਪਰ ਉਹ ਨਾ ਮੰਨੇ। ਅਰਪਿਤ ਅਜੇ ਵੀ ਕਦੇ ਕਦੇ ਸੁਮਨ ਨੂੰ ਕਹਿ ਦਿੰਦਾ ਸੀ ਕਿ ਉਸਦਾ ਕੋਈ ਭੈਣ ਭਰਾ ਹੁੰਦਾ ਤਾਂ ਉਹ ਕਿਵੇਂ ਉਸ ਨਾਲ ਖੇਡਦਾ, ਪਰ ਹੁਣ ਉਸ ਦੀ ਇਹ ਗੱਲ ਨੂੰ ਕਹਿਣ ਦੇ ਲਹਿਜੇ 'ਚ ਵੀ ਚੇਂਜ ਆ ਗਿਆ ਸੀ, ਜਿਵੇਂ ਹੁਣ ਉਹ ਵੀ ਚੀਜ਼ਾਂ ਨੂੰ ਸਮਝਣ ਲੱਗਿਆ ਸੀ। ਸੁਮਨ ਨੂੰ ਇਹ ਸੋਚ ਕੇ ਬਹੁਤ ਦੁੱਖ ਹੁੰਦਾ ਸੀ ਕਿ ਉਹ ਅਨੁਜ ਸਮਾਂ ਰਹਿੰਦੇ ਉਸ ਨੂੰ ਬੱਚਾ ਨਹੀਂ ਦੇ ਸਕਿਆ। ਅਨੁਜ ਸੁਮਨ ਨੂੰ ਕਰੈਕਟਰ ਪੱਖੋਂ ਕੁਝ ਨਹੀਂ ਸੀ ਕਹਿੰਦਾ, ਸ਼ਾਇਦ ਇਸ ਲਈ ਕਿ ਸੁਮਨ ਨੇ ਕਦੇ ਵੀ ਉਸ ਨੂੰ ਖੁਦ ਸਰੀਰਕ ਸੰਬੰਧ ਬਣਾਉਣ ਲਈ ਕਦੇ ਨਹੀਂ ਸੀ ਕਿਹਾ, ਸਗੋਂ ਉਹ ਹੀ ਇਹ ਕੰਮ 'ਤੇ ਜ਼ਿਆਦਾ ਬਚਣ ਦੀ ਕੋਸ਼ਿਸ਼ 'ਚ ਰਹਿੰਦੀ ਸੀ। ਜਾਂ ਫਿਰ ਇਹ ਕਹਿ ਲਓ ਕਿ ਅਨੁਜ ਦੀਆਂ ਲਾਪਰਵਾਹੀਆਂ ਕਾਰਨ ਵੀ ਸ਼ਾਇਦ ਸੁਮਨ ਇਸ ਚੀਜ਼ ਤੋਂ ਕਤਰਾਉਂਦੀ ਸੀ, ਕਿਉਂਕਿ ਉਸਦਾ ਮੰਨਣਾ ਸੀ ਕਿ ਪਿਆਰ ਤੋਂ ਬਿਨਾਂ ਸਰੀਰਕ ਸੰਬੰਧ ਬਣਾਉਣਾ ਇੱਕ ਮਜਬੂਰੀ ਜਾਂ ਟਾਈਮ ਪਾਸ ਹੈ ਜੋ ਉਹ ਨਹੀਂ ਕਰਨਾ ਚਾਹੁੰਦੀ ਸੀ। ਇੱਥੋਂ ਤੱਕ ਕਿ ਅਨੁਜ ਨੇ ਉਸਦਾ ਨਾਮ ਛੇੜਨ ਲਈ ਠੰਡੀ ਜਨਾਨੀ ਰੱਖਿਆ ਹੋਇਆ ਸੀ ਅਤੇ ਉਹ ਉਸ ਨੂੰ ਕਈ ਵਾਰ ਉਸ ਦੀ ਤੁਲਨਾ ਬਾਕੀ ਔਰਤਾਂ ਨਾਲ ਕਰਕੇ ਮਜ਼ਾਕ 'ਚ ਆਪਣੇ ਦੋਸਤਾਂ ਦੀਆਂ ਘਰਵਾਲੀਆਂ ਦੀਆਂ ਗੱਲਾਂ ਸੁਣਾ ਇਹ ਕਹਿ ਦਿੰਦਾ ਸੀ ਕਿ ਉਹ ਸੈਕਸ ਪ੍ਰਤੀ ਉਤਾਵਲੀਆਂ ਹੁੰਦੀਆਂ ਨੇ
ਆਪਣੇ ਹਸਬੈਂਡ ਕੋਲ ਆਪ ਜਾਂਦੀਆਂ ਨੇ, ਪਰ ਇਸ ਮਾਮਲੇ 'ਚ ਉਸ ਦੀ ਕਿਸਮਤ ਤਾਂ ਖਰਾਬ ਹੀ ਹੈ, ਕਿਉਂਕਿ ਸੁਮਨ ਅਜਿਹੀ ਨਹੀਂ। ਸ਼ਾਇਦ ਇਸ ਲਈ ਵੀ ਕਿ ਉਹ ਸੁਮਨ ਨੂੰ ਕਰੈਕਟਰ ਪੱਖੋਂ ਕੁਝ ਬੋਲ ਨਹੀਂ ਸਕਿਆ ਸੀ, ਜਿਵੇਂ ਉਸ ਨੂੰ ਇਹ ਲੱਗਦਾ ਹੋਵੇ ਕਿ ਸੁਮਨ ਕਦੇ ਵੀ ਸੈਕਸ ਖਾਤਰ ਕਿਸੇ ਬੰਦੇ ਨਾਲ ਰਿਲੇਸ਼ਨ ਨਹੀਂ ਬਣਾਵੇਗੀ। ਸੁਮਨ ਲਈ ਅਨੁਜ ਨਾਲ ਸਰੀਰਕ ਸੰਬੰਧ ਸਿਰਫ ਬੱਚਾ ਹਾਸਲ ਕਰਨ ਲਈ ਜ਼ਰੂਰੀ ਸਨ, ਜਿਸ ਬਾਰੇ ਕਈ ਵਾਰ ਉਹ ਅਨੁਜ ਦੇ ਨਾਲ ਰਹਿੰਦਿਆਂ ਉਸ ਨੂੰ ਕਹਿ ਵੀ ਚੁੱਕੀ ਸੀ। ਉਹ ਸੋਚਦੀ ਸ਼ਾਇਦ ਉਸ ਨੂੰ ਵੀ ਸੈਕਸ ਨਾਲ ਪਿਆਰ ਹੁੰਦਾ ਜੇ ਅਨੁਜ ਉਸ ਪ੍ਰਤੀ ਕੇਅਰਫੁੱਲ ਹੁੰਦਾ ਅਤੇ ਉਸ ਨੂੰ ਸਮਝਦਾ ਹੁੰਦਾ। ਸੁਮਨ ਨੂੰ ਦੁਨੀਆ ਦਾ ਸਭ ਤੋਂ ਘਟੀਆ ਇਨਸਾਨ ਇੱਕ ਬਲਾਤਕਾਰੀ ਲੱਗਦਾ ਸੀ, ਕਿਉਂਕਿ ਰੇਪ ਕੇਸਿਸ ਪ੍ਰਤੀ ਸੁਮਨ ਬਹੁਤ ਸੰਵੇਦਨਸ਼ੀਲ ਅਤੇ ਭਾਵੁਕ ਸੀ। ਉਹ ਅਕਸਰ ਛੋਟੀਆਂ ਬੱਚੀਆਂ ਦੇ ਰੇਪ ਦੀ ਕੋਈ ਵਾਰਦਾਤ ਸੁਣਦੀ ਤਾਂ ਉਸ ਦੀਆਂ ਅੱਖਾਂ 'ਚ ਪਾਣੀ ਆ ਜਾਂਦਾ, ਅਤੇ ਕਈ ਵਾਰ ਅਜਿਹੇ ਹਾਦਸੇ ਉਸ ਦੇ ਮਨ 'ਤੇ ਇੰਨਾ ਗਹਿਰਾ ਅਸਰ ਕਰਦੇ ਸਨ ਕਿ ਉਹ ਸੌ ਨਹੀਂ ਪਾਉਂਦੀ ਕਈ ਦਿਨ। ਆਸਿਫਾ ਰੇਪ ਕੇਸ ਨੂੰ ਲੈ ਕੇ ਉਹ ਇੰਨੀ ਭਾਵੁਕ ਹੋ ਗਈ ਕਿ ਇੱਕ ਮਹੀਨਾ ਚੰਗੀ ਤਰ੍ਹਾਂ ਸੌ ਨਹੀਂ ਸਕੀ, ਅਤੇ ਹੈਦਰਾਬਾਦ ਗੈਂਗ ਰੇਪ ਕੇਸ ਕਾਰਨ ਵੀ ਉਹ ਬਹੁਤ ਦੁਖੀ ਹੋਈ ਸੀ, ਜਿਸ 'ਚ ਪ੍ਰਿੰਕਾ ਰੈਡੀ ਦਾ ਰੇਪ ਹੋਇਆ ਸੀ ਅਤੇ ਹਾਦਸੇ ਤੋਂ ਬਾਅਦ ਉਸ ਨੂੰ ਜਲਾ ਦਿੱਤਾ ਗਿਆ ਸੀ। ਤਾਂ ਉਸਨੇ ਦੁਖੀ ਮਨ ਨਾਲ ਉਸ ਹਾਦਸੇ 'ਤੇ ਲਿਖੀ ਸੀ ਇਹ ਕਵਿਤਾ, ਜਿਸ ਦਾ ਟਾਈਟਲ ਸੀ ਕੀ ਲਿਖਾਂ, ਨਹੀਂ ਲਿਖਣੀ ਅੱਜ ਮੈਂ ਕੋਈ ਕਹਾਣੀ ਜਾਂ ਕੋਈ ਕਵਿਤਾ, ਮੈਂ ਤਾਂ ਪਾਉਣੇ ਨੇ ਰੋ ਰੋ ਵੈਣ ਅਤੇ ਚੱਲਣੇ ਨੇ ਆਪਣੀ ਰੂਹ 'ਤੇ ਤਸੀਹੇ, ਅਤੇ ਕਿਉਂ ਨਾ ਚੱਲਾਂ। ਹੋਈ ਹੈ ਅੱਜ ਇੱਕ ਹੋਰ ਧੀ ਬਲਾਤਕਾਰ ਦੀ ਸ਼ਿਕਾਰ, ਹੋਈ ਹੈ ਫਿਰ ਇੱਕ ਵਾਰ ਪੂਰੀ ਕਾਇਨਾਤ ਸ਼ਰਮਸਾਰ। ਨਹੀਂ ਲਿਖਣੀ ਅੱਜ ਮੈਂ ਕੋਈ ਕਹਾਣੀ ਜਾਂ ਕੋਈ ਕਵਿਤਾ, ਸਮਝਣੀ ਹੈ ਮੈਂ ਉਹਦੇ ਹਿਰਦੇ ਦੀ ਤੜਫਨਾ, ਅਤੇ ਕਿਉਂ ਨਾ ਸਮਝਾਂ, ਆਖਿਰ ਮੈਂ ਵੀ ਹਾਂ ਉਸ ਦਾ ਹੀ ਅਵਤਾਰ, ਜੋ ਚੀਕੀ ਹੋਣੀ ਇੱਕ ਵਾਰ ਪਰ ਹਵਾ 'ਚ ਘੁੱਲ ਗਏ ਬੋਲ ਉਹਦੇ, ਨਾ ਸੁਣਦਾ ਕੋਈ ਪੁਕਾਰ, ਲੜਦੀ ਲੜਦੀ ਸਾਹਾਂ ਨਾਲ ਗਈ ਜਾਨ ਤੋਂ ਹਾਰ। ਨਹੀਂ ਲਿਖਣੀ ਅੱਜ ਮੈਂ ਕੋਈ ਕਹਾਣੀ ਜਾਂ ਕੋਈ ਕਵਿਤਾ, ਹੋਈ ਹੈ ਅੱਜ ਫਿਰ ਇੱਕ ਧੀ ਲਹੂ ਲਹਾਨ, ਕੀਤਾ ਹੈ ਚਾਰ ਦਰਿੰਦਿਆਂ ਫਿਰ ਉਸ ਦਾ ਅਪਮਾਨ, ਜੋ ਇੱਕ ਵਾਰ ਨਹੀਂ ਮਰੀ ਹੋਊ ਦੋ ਵਾਰ, ਪਹਿਲੀ ਮੌਤ ਮਰੀ ਜਦ ਚੜ੍ਹੀ ਬਲਾਤਕਾਰ ਦੀ ਭੇਂਟ, ਦੂਜੀ ਮੌਤ ਮਰੀ ਜਦ ਲੱਗਿਆ ਅੱਗ ਦਾ ਸੇਕ। ਨਹੀਂ ਲਿਖਣੀ ਅੱਜ ਮੈਂ ਕੋਈ ਕਹਾਣੀ ਜਾਂ ਕੋਈ ਕਵਿਤਾ, ਕਿਉਂਕਿ ਪੱਥਰ ਹੋਈ ਹੈ ਕਲਮ ਮੇਰੀ ਅਤੇ ਸ਼ਬਦ ਹੋਏ ਨੇ ਮੂਕ, ਚੱਲੇ ਨੇ ਅੱਜ ਜਿੰਦ ਮੇਰੀ 'ਤੇ ਕਈ ਵਾਰ ਅਚੂਕ, ਕਿੰਜ ਲਿਖਾਂ ਮੈਂ ਕੋਈ ਕਹਾਣੀ ਅਤੇ ਕੀ ਲਿਖਾਂ ਹੁਣ ਕਵਿਤਾ। ਹੈਦਰਾਬਾਦ ਗੈਂਗਰੇਪ 'ਤੇ ਆਧਾਰਿਤ ਇਹ ਨਹੀਂ ਕਿ ਸੁਮਨ ਹਰ ਬਲਾਤਕਾਰ ਪੀੜਤ 'ਤੇ ਕੋਈ ਕਵਿਤਾ ਲਿਖ ਬਹਿੰਦੀ ਸੀ, ਉਹ ਸਿਰਫ ਆਪਣੇ ਦੁਖੀ ਮਨ ਨਾਲ ਜਦ ਉਸਦਾ ਮੂਡ ਹੋਵੇ ਤਦ ਹੀ ਲਿਖਦੀ ਸੀ। ਉਂਝ ਵੀ ਉਹ ਹਰ ਇੱਕ 'ਤੇ ਕਵਿਤਾ ਨਹੀਂ ਲਿਖ ਸਕਦੀ ਸੀ। ਲਤਾ ਨੇ ਇੱਕ ਵਾਰ ਉਸਨੂੰ ਕਿਹਾ ਸੀ ਕਿ ਉਹ ਉਸ 'ਤੇ ਵੀ ਕੋਈ ਕਵਿਤਾ ਲਿਖ ਦੇਵੇ, ਤਾਂ ਸੁਮਨ ਨੇ ਉਸਨੂੰ ਕਿਹਾ ਸੀ ਕਿ ਲਿਖ ਦੇਵਾਂਗੀ ਜਿਸ ਦਿਨ ਮਨ ਬਣਿਆ ਕੁਝ ਲਿਖਣ ਦਾ ਤਾਂ ਤੇਰੇ 'ਤੇ, ਇੱਦਾਂ ਨਹੀਂ ਲਿਖ ਹੋਣੀ ਮੇਰੇ ਤੋਂ। ਸੁਮਨ ਜਦ ਕਿਤੇ ਕਿਸੇ ਹਸਪਤਾਲ ਦਵਾਈ ਲੈਣ ਜਾਂਦੀ ਸੀ ਤਾਂ ਰਿਸੈਪਸ਼ਨਿਸਟ ਦੇ ਇਹ ਪੁੱਛਣ 'ਤੇ ਕਿ ਉਹ ਮੈਰਿਡ ਹੈ ਜਾਂ ਅਨਮੈਰਿਡ, ਤਾਂ ਕੁਝ ਦੇਰ ਲਈ ਸੁੰਨ ਹੋ ਜਾਂਦੀ ਇਹ ਯਾਦ ਕਰਕੇ ਕਿ ਉਹ ਮੈਰਿਡ ਹੈ। ਉਹ ਉਸਨੂੰ ਜਵਾਬ ਤਾਂ ਦਿੰਦੀ ਕਿ ਉਹ ਮੈਰਿਡ ਹੈ, ਪਰ ਮਨ ਹੀ ਮਨ ਇਹ ਸੋਚਦੀ ਹਾਂ ਕਿ ਹਾਂ ਅਨਫੋਰਚੁਨੈਲਿਟੀ ਉਹ ਮੈਰਿਡ ਹੈ।
7 ਨਵੰਬਰ ਨੂੰ ਸੁਮਨ ਨੂੰ ਆਏ ਉਸ ਦੇ ਇੰਸਟਾਗ੍ਰਾਮ ਅਕਾਊਂਟ 'ਚ ਕਈ ਮੈਸੇਜ ਧੜਾਧੜ। ਸੁਮਨ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਉਸਦੇ ਪ੍ਰਸ਼ੰਸਕਾਂ ਦੀ ਗਿਣਤੀ ਵੱਧ ਰਹੀ ਸੀ। ਉਸੇ ਦਿਨ ਸੁਮਨ ਨੂੰ ਮਾਡਲਿੰਗ ਦਾ ਇੱਕ ਹੋਰ ਆਫਰ ਆਇਆ ਸੀ। ਇੰਸਟਾਗ੍ਰਾਮ 'ਤੇ ਕਿਸੇ ਮਾਡਲ ਕੋਆਰਡੀਨੇਟਰ ਵੱਲੋਂ ਜੋ ਚੰਡੀਗੜ੍ਹ ਤੋਂ ਸੀ, ਸੁਮਨ ਨੇ ਉਸਨੂੰ ਕਿਹਾ ਕਿ ਉਹ ਕਿਸੇ ਸੌਂਗ 'ਚ ਸ਼ੂਟ ਕਰਨ ਦੀ ਬਜਾਏ ਫੋਟੋਸ਼ੂਟ ਮਾਡਲਿੰਗ ਕਰਨ ਨੂੰ ਤਰਜੀਹ ਦੇਵੇਗੀ। ਜਿਵੇਂ ਐਮਾਜ਼ੋਨ ਜਿਹੀਆਂ ਕੰਪਨੀਆਂ ਲਈ ਕੋਈ ਫੋਟੋਸ਼ੂਟ ਕਰਨਾ ਹੋਵੇ ਜਾਂ ਕਿਸੇ ਮੈਗਜ਼ੀਨ ਦੇ ਕਵਰ ਪੇਜ ਲਈ। ਮਾਡਲ ਕੋਆਰਡੀਨੇਟਰ ਨੇ ਸੁਮਨ ਦੀ ਉਮਰ ਜਾਣਨ ਤੋਂ ਬਾਅਦ ਸੁਮਨ ਨੂੰ ਕਿਹਾ ਕਿ ਉਹ ਅਜੇ ਵੀ 23-24 ਦੀ ਲੱਗਦੀ ਹੈ ਅਤੇ ਅਨਮੈਰਿਡ ਕੁੜੀਆਂ ਨੂੰ ਮਾਤ ਪਾਉਂਦੀ ਹੈ, ਤਾਂ ਸੁਮਨ ਹੱਸਣ ਲੱਗੀ। ਉਸ ਨੇ ਸੁਮਨ ਨੂੰ ਕਿਹਾ ਕਿ ਉਹ ਉਸਨੂੰ ਇੱਕ ਫਾਰਮ ਭੇਜਦਾ ਹੈ ਜਿਸ ਨੂੰ ਉਹ ਭਰ ਕੇ ਭੇਜ ਦੇਵੇ, ਤਾਂ ਸੁਮਨ ਨੇ ਉਹ ਫਾਰਮ ਉਸਨੂੰ ਭਰ ਕੇ ਭੇਜ ਦਿੱਤਾ ਜੋ ਕਿ ਮਾਡਲਿੰਗ ਬਾਬਤ ਹੀ ਸੀ। ਪਰ ਸੁਮਨ ਸੋਚਦੀ ਸੀ ਕਿ ਜੇ ਉਸਦਾ ਮਾਡਲਿੰਗ 'ਚ ਕੋਈ ਰੁਝਾਨ ਹੋਇਆ ਤਾਂ ਉਹ ਲਿਮਿਟ 'ਚ ਰਹਿ ਕੇ ਸਿਰਫ ਵਧੀਆ ਫੋਟੋਸ਼ੂਟ ਲਈ ਹੀ ਇਹ ਕੰਮ ਕਰੇਗੀ, ਕਿਉਂਕਿ ਉਸਨੂੰ ਫੋਟੋਗ੍ਰਾਫੀ ਦਾ ਵੀ ਸ਼ੌਂਕ ਸੀ। 8 ਨਵੰਬਰ ਨੂੰ ਸੁਮਨ ਦੇ ਇੰਗਲੈਂਡ ਵਾਲੇ ਭਰਾ ਅਨਿਲ ਦਾ ਬਰਥਡੇ ਸੀ, ਤਾਂ ਸੁਮਨ ਨੇ ਸਵੇਰੇ ਉੱਠਦਿਆਂ ਉਸ ਦੇ ਨਾਲ ਆਪਣੀ ਫੋਟੋ ਵਟਸਐਪ 'ਤੇ ਉਸਨੂੰ ਵਧਾਈਆਂ ਦਿੰਦਿਆਂ ਲਗਾ ਲਈ ਸੀ ਅਤੇ ਇਸ ਦਿਨ ਸੁਮਨ ਨੇ ਅਰਪਿਤ ਲਈ ਵਰਤ ਰੱਖਿਆ ਸੀ, ਸਿਰਫ ਇਸ ਲਈ ਕਿ ਅਰਪਿਤ ਨੂੰ ਵੀ ਵਧੀਆ ਲੱਗਦਾ ਸੀ ਕਿ ਇਸ ਦਿਨ ਉਸਨੂੰ ਉਸਦੇ ਪਸੰਦ ਦੀਆਂ ਚੀਜ਼ਾਂ ਖਾਣ ਨੂੰ ਮਿਲਣਗੀਆਂ। ਸਵੇਰ ਦੇ 10:30 ਹੋਏ ਸਨ ਕਿ ਅਨੁਜ ਫਿਰ ਵਨੀਤਾ ਘਰ ਆ ਗਿਆ। ਇਸ ਵਾਰ ਵਨੀਤਾ ਨੇ ਫਿਰ ਲਗਾਈ ਉਸ ਦੀ ਕਲਾਸ ਅਤੇ ਸੁਮਨ ਨੇ ਵੀ ਇਸ ਵਾਰ ਵਿੱਚ ਬੋਲ ਕੇ ਉਸ 'ਚ ਹਾਮੀ ਭਰੀ। ਅਨੁਜ ਨੂੰ ਦੇਖਦਿਆਂ ਹੀ ਸੁਮਨ ਨੂੰ ਘਬਰਾਹਟ ਹੋਣ ਲੱਗੀ ਕਿ ਹੁਣ ਫਿਰ ਮਾਹੌਲ ਅਨਕੰਫਰਟੇਬਲ ਹੋਣ ਵਾਲਾ ਏ। ਉਹ ਸੋਚ ਹੀ ਰਹੀ ਸੀ ਕਿ ਵਨੀਤਾ ਨੇ ਅਨੁਜ ਨੂੰ ਬੋਲਣਾ ਸ਼ੁਰੂ ਕਰ ਦਿੱਤਾ। ਵਨੀਤਾ ਤਲੱਖੀ 'ਚ, ਕਿਉਂ ਆਇਆ ਤੂੰ, ਜਦ ਤੈਨੂੰ ਇੱਕ ਵਾਰ ਮਨ੍ਹਾ ਕੀਤਾ ਕਿ ਨਹੀਂ ਆਉਣਾ ਇੱਥੇ। ਅਨੁਜ ਉਦਾਸ ਹੁੰਦਿਆਂ, ਮੈਂ ਅਰਪਿਤ ਨੂੰ ਤਾਂ ਮਿਲ ਹੀ ਸਕਦਾ ਹਾਂ। ਵਨੀਤਾ ਤਲੱਖੀ 'ਚ, ਕਿਉਂ ਮਿਲੂੰਗਾ ਤੂੰ, ਤੈਨੂੰ ਪਤਾ ਨਾ ਕਿ ਕੇਸ ਚੱਲਦਾ, ਜਾ ਕੋਰਟ ਤੋਂ ਆਰਡਰ ਲੈ ਕੇ ਆ ਪਹਿਲਾਂ। ਅਨੁਜ ਹਲੀਮੀ ਨਾਲ, ਇਹਦੇ ਲਈ ਕਾਹਦੇ ਆਰਡਰ ਲਿਆਵਾਂ, ਹੁਣ ਆਪਣਿਆਂ ਨੂੰ ਮਿਲਣ ਨਹੀਂ ਮੈਂ ਆ ਸਕਦਾ। ਬਦਕਿਸਮਤੀ ਨਾਲ ਉਸ ਦਿਨ ਐਤਵਾਰ ਸੀ ਅਤੇ ਅਰਪਿਤ ਵੀ ਉੱਥੇ ਹੀ ਸੀ, ਜੋ ਸੁਮਨ ਨਹੀਂ ਚਾਹੁੰਦੀ ਸੀ ਕਿ ਉਸ ਮੋਹਰੇ ਉਹ ਤਮਾਸ਼ਾ ਹੋਵੇ। ਉਸ ਦਿਨ ਅਰਪਿਤ ਦੀ ਟਿਊਸ਼ਨ ਵੀ ਨਹੀਂ ਸੀ, ਨਹੀਂ ਤਾਂ 10 ਵਜੇ ਉਸ ਦੀ ਟਿਊਸ਼ਨ ਹੁੰਦੀ ਹੈ। ਖੈਰ, ਅਨੁਜ ਇੰਨਾ ਕਹਿੰਦਿਆਂ ਅੰਦਰ ਕਮਰੇ 'ਚ ਸੁਮਨ ਦੇ ਜੀਜੂ ਪਰਮ ਨੂੰ ਬੁਲਾਉਣ ਚਲਾ ਗਿਆ, ਤਾਂ ਉਹ ਵੀ ਉਸਨੂੰ ਕਹਿਣ ਲੱਗੇ ਕਿ ਉਹ ਕਿਉਂ ਆਉਂਦਾ ਹੈ ਇੱਥੇ, ਜਦ ਹੁਣ ਕੋਈ ਰਿਸ਼ਤਾ ਹੀ ਨਹੀਂ ਉਸ ਨਾਲ। ਤਾਂ ਵਨੀਤਾ ਮਗਰ ਹੀ ਆ ਗਈ, ਜਦਕਿ ਉਹ ਮੱਕੀ ਦੀ ਰੋਟੀ ਬਣਾ ਰਹੀ ਸੀ। ਪਰ ਉਸਨੂੰ ਅੱਜ ਬਹੁਤ ਗੁੱਸਾ ਸੀ ਅਤੇ ਉਹ ਸਭ ਕੁਝ ਵਿੱਚ ਹੀ ਛੱਡ ਕੇ ਅਨੁਜ ਵੱਲ ਹੋ ਪਈ, ਕਿਉਂਕਿ ਉਹ ਪਹਿਲਾਂ ਹੀ ਅਨੁਜ ਦੇ ਆਉਣ ਤੋਂ ਬਹੁਤ ਪਰੇਸ਼ਾਨ ਸੀ। ਵਨੀਤਾ ਤਲੱਖੀ 'ਚ, ਕਿਹੜੇ ਰਿਸ਼ਤੇ ਦੀ ਗੱਲ ਕਰਦਾ ਤੂੰ, ਕਿਹਨੂੰ ਮਿਲਣ ਆਉਂਦਾ, ਇੱਥੇ ਤੇਰਾ ਕੋਈ ਨਹੀਂ ਹੈਗਾ। ਸੁਮਨ ਵੀ ਉੱਥੇ ਹੀ ਖੜ੍ਹੀ ਸੀ ਜਦ ਵਨੀਤਾ ਉਸਨੂੰ ਬੋਲ ਰਹੀ ਸੀ। ਵਨੀਤਾ ਨੇ ਗੱਲ ਜਾਰੀ ਰੱਖੀ, ਤੇਰਾ ਕੋਈ ਮੁੰਡਾ ਨਹੀਂ ਇੱਥੇ, ਤੇਰਾ ਮੁੰਡਾ 10 ਸਾਲ ਦਾ ਹੋ ਗਿਆ, ਤੂੰ 10 ਰੁਪਏ ਦੀ ਕਦੇ ਅੱਜ ਤੱਕ ਉਸਦੇ ਲਈ ਦਵਾਈ ਵੀ ਲਿਆਂਦੀ, ਤੇਰੇ ਮੁੰਡੇ ਦੀ ਕਿਹੜੀ ਦਵਾਈ ਚੱਲਦੀ, ਉਹਨੂੰ ਕਿਹੜੀ ਬਿਮਾਰੀ ਆ, ਕੀ ਪ੍ਰੋਬਲਮ ਹੈ, ਤੈਨੂੰ ਕੁਝ ਪਤਾ ਵੀ ਆ। ਅਨੁਜ ਸਿਰ ਝੁਕਾ ਕੇ, ਮੈਂ ਮੰਨਦਾ ਭੈਣ, ਜਿਹੜੀਆਂ ਗਲਤੀਆਂ ਹੋ ਗਈਆਂ। ਵਨੀਤਾ ਗੱਲ
ਟੋਕਦੇ ਹੋਏ ਸੁਮਨ ਵੱਲ ਹੱਥ ਕਰਕੇ ਅਨੁਜ ਨੂੰ ਕਹਿੰਦੇ ਹੋਏ, ਕਿਹਨੂੰ ਦੇਖਣ ਆਉਂਦਾ ਤੂੰ? ਇਹਨੂੰ ਇਹਦੇ ਵਿੱਚ ਬਚਿਆ ਹੀ ਕੀ ਹੈ? ਤੂੰ ਉੱਥੇ ਰਹਿ, ਆਪਣੀ ਮਾਂ ਦਾ ਰੱਖ ਧਿਆਨ, ਆਪਣੇ ਭਰਾ ਦਾ ਰੱਖ, ਇੱਥੇ ਨਹੀਂ ਆਉਣਾ। ਅਨੁਜ ਹਲੀਮੀ ਨਾਲ, ਮੇਰੇ ਆ, ਮੈਂ ਦੇਖਣ ਆਉਣਾ। ਵਨੀਤਾ ਹੋਰ ਜ਼ਿਆਦਾ ਗੁੱਸੇ 'ਚ, ਮੇਰਾ ਘਰ ਆ ਇਹ, ਮੈਂ ਦੇਖਣਾ ਇੱਥੇ ਕਿਹਨੇ ਆਉਣਾ ਕਿਹਨੇ ਨਹੀਂ। ਮੇਰੇ ਘਰ ਨਹੀਂ ਵੜਨਾ ਤੂੰ। ਸ਼ੁਕਰ ਕਰ, ਅਸੀਂ ਮੁੰਡੇ ਅਰਪਿਤ ਵੱਲੋਂ ਕੇਸ ਕੀਤਾ, ਤੇਰੇ ਕਰਕੇ ਹੀ ਅਸੀਂ ਮੁੰਡੇ ਵੱਲੋਂ ਪਾਇਆ ਸੀ ਕੇਸ, ਤੇਰੇ ਬਾਰੇ ਸੋਚ ਕੇ। ਨਹੀਂ ਤਾਂ ਸੁਮਨ ਵੱਲੋਂ ਵੀ ਪਾ ਸਕਦੇ ਸੀ, ਦਾਜ ਦਾ ਪਾਉਂਦੇ, ਕੁੱਟ ਮਾਰ ਕਰਕੇ ਕੱਢਿਆ, ਉਹ ਪਾ ਦਿੰਦੇ। ਜੇ ਫਿਰ ਤੂੰ ਕੀ ਕਰਦਾ? ਜੇ ਤੂੰ ਨਹੀਂ ਹਟਣਾ ਫਿਰ ਦੇਖ ਲੈ, ਉਹ ਵੀ ਪਾ ਦਿੰਦੇ ਆ। ਸਕੂਲ ਕੀ ਕਰਨ ਜਾਂਦਾ ਤੂੰ? ਨਾਲੇ ਉਹਦੇ ਕੀ ਕਰਨ ਤੁਰ ਪੈਂਦਾ ਮੂੰਹ ਚੱਕ ਕੇ ਉਹਦੇ ਸਕੂਲ ਰੋਜ਼? ਕਿਤੇ ਤਾਂ ਟਿਕ ਲੈਣ ਦੇ ਉਹਨੂੰ, ਕਿਤੇ ਤਾਂ ਖੁਸ਼ ਹੋ ਕੇ ਰਹਿ ਲੈਣ ਦੇ। ਤੈਨੂੰ ਨਹੀਂ ਪਤਾ ਕਿ ਸਟਾਫ ਅੱਗੇ ਪਿੱਛੇ ਓਹਲੇ ਹੋ ਹੋ ਕੇ ਦੰਦ ਕੱਢਦੇ ਆ, ਫਿਰ ਉਹਦੀਆਂ ਗੱਲਾਂ ਕਰ ਕਰ ਤੈਨੂੰ ਨਹੀਂ ਸਮਝ ਲੱਗਦੀ? ਜੇ ਆਪ ਨਹੀਂ ਇੰਨੀ ਅਕਲ ਤਾਂ ਸਾਡੀ ਮੰਨ ਲੈ, ਉਹਦੇ ਮੂਹਰੇ ਨਾ ਜਾਇਆ ਕਰ। ਕਿਉਂ ਉਹਨੂੰ ਤਕਲੀਫ ਦਿੰਦਾ? ਜਦ ਤੂੰ ਉਹਦੇ ਮੂਹਰੇ ਜਾਂਦਾ ਇਹਨੂੰ ਤਕਲੀਫ ਹੁੰਦੀ ਹੈ ਤੈਨੂੰ ਦੇਖ ਕੇ। ਨਾ ਆਇਆ ਕਰ ਇਹਦੇ ਮੂਹਰੇ, ਰੱਬ ਦੇ ਵਾਸਤੇ ਕਿਸੇ ਪਾਸੇ ਜੀ ਲੈਣ ਦੇ ਇਹਨੂੰ। ਅਨੁਜ ਉਦਾਸ ਹੁੰਦਿਆਂ, ਮੈਨੂੰ ਇੱਕ ਮੌਕਾ ਦੇ ਦਿਓ ਬਸ। ਵਨੀਤਾ ਤਲੱਖੀ 'ਚ ਗੱਲ ਜਾਰੀ ਰੱਖਦਿਆਂ, ਮੌਕਾ ਤਾਂ ਭੁੱਲ ਜਾ ਹੁਣ, ਤੈਨੂੰ ਹਜ਼ਾਰ ਮੌਕੇ ਦਿੱਤੇ ਸੀ। ਉਹ ਇੰਨੀ ਦੇਰ ਉੱਦਾਂ ਹੀ ਨਹੀਂ ਕਿਰਾਏ 'ਤੇ ਰਹਿੰਦੀ ਰਹੀ, ਤੂੰ ਧੱਕੇ ਮਾਰ ਮਾਰ ਜਾਂਦਾ ਸੀ ਉਹਨੂੰ, ਮੇਰੀ ਜੁੱਤੀ ਵੀ ਨਹੀਂ ਵੜਦੀ ਨਵਾਂਸ਼ਹਿਰ, ਇਹ ਕਹਿ ਕਹਿ ਜਾਂਦਾ ਸੀ। ਤੈਨੂੰ ਦੋ ਵਾਰੀ ਤੇਰਾ ਚਾਚਾ ਛੱਡ ਕੇ ਗਿਆ ਇੱਥੇ, ਤੂੰ ਨਹੀਂ ਰਿਹਾ, ਮੌਕਾ ਤਾਂ ਤੈਨੂੰ ਕੋਈ ਨਹੀਂ ਮਿਲਣਾ ਹੁਣ। ਅਸੀਂ ਕੁੜੀ ਜਿਉਂਦਿਆਂ ਰੱਖਣੀ ਆ ਆਪਣੀ, ਤੇਰੇ ਨਾਲ ਤਾਂ ਅਸੀਂ ਹੁਣ ਉਹਨੂੰ ਦੇਖ ਹੀ ਨਹੀਂ ਸਕਦੇ। ਕਿਹੜੇ ਮੂੰਹ ਨਾਲ ਕਹਿੰਦਾ ਕਿ ਮੁੰਡਾ ਅਰਪਿਤ ਤੇਰਾ? ਰਾਤ ਬਰਾਤੇ ਇਕੱਲੀ ਲੈ ਕੇ ਘੁੰਮਦੀ ਆ ਉਹ ਮੁੰਡੇ ਨੂੰ, ਕਦੇ ਆਉਂਦੀ ਸਕੂਲ ਤੋਂ, ਕਦੇ ਉਸਦੀ ਦਵਾਈ ਲੈਣ ਭੱਜ ਜਾਂਦੀ ਹੈ, ਉਹਦੇ ਸਕੂਲ ਦੇ ਕੰਮ, ਕਦੇ ਆਪਣੇ ਕੰਮ। ਤੈਨੂੰ ਤਾਂ ਆਪਣਾ ਆਪ ਨਹੀਂ ਸਵਾਰਨਾ ਆਇਆ, ਤੂੰ ਕਿਸੇ ਲਈ ਕੀ ਕਰਨਾ? ਤੂੰ ਬਸ ਉਹਨਾਂ ਜੋਗਾ ਹੀ ਹੈ, ਪਿੰਡ ਵਾਲਿਆਂ ਲਈ, ਉਹਨਾਂ ਦੀ ਰਖਵਾਲੀ ਕਰ। ਇੱਥੇ ਆ ਕੇ ਮੇਰੀ ਕੁੜੀ ਸੁਮਨ ਨੂੰ ਤੰਗ ਕਰਨ ਦੀ ਕੋਈ ਲੋੜ ਨਹੀਂ। ਵਨੀਤਾ ਅਤੇ ਉਸਦੇ ਹਸਬੈਂਡ ਪਰਮ ਸੁਮਨ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦੇ ਸਨ, ਇਸ ਲਈ ਉਹ ਉਸ ਨੂੰ ਆਪਣੀ ਧੀ ਕਹਿ ਕੇ ਵੀ ਸੰਬੋਧਿਤ ਕਰ ਦਿੰਦੇ ਸੀ। ਵੈਸੇ ਵੀ ਸੁਮਨ ਦਾ ਉਮਰ ਗੈਪ ਭੈਣਾਂ ਭਰਾਵਾਂ ਨਾਲ ਬਹੁਤ ਸੀ। ਵਨੀਤਾ ਉਸ ਤੋਂ 10 ਸਾਲ ਵੱਡੀ ਸੀ ਅਤੇ ਵਨੀਤਾ ਦੇ ਬੱਚੇ ਵਿਆਹ ਦੇ ਕਾਬਲ ਸਨ। ਸੁਮਨ ਦੇ ਭਰਾ ਉਸ ਤੋਂ 15-16 ਸਾਲ ਵੱਡੇ ਸਨ। ਸੁਮਨ ਦੇ ਕਈ ਟੀਚਰ ਦੋਸਤ ਉਸ ਦੇ ਭਤੀਜੇ ਅਨੁਰਾਗ ਨੂੰ ਸੁਮਨ ਦੇ ਸਟੇਟਸ 'ਤੇ ਫੋਟੋਆਂ 'ਚ ਜਦ ਦੇਖਦੇ ਤਾਂ ਉਸ ਨੂੰ ਉਸਦਾ ਭਰਾ ਸਮਝ ਲੈਂਦੇ ਸਨ, ਅਤੇ ਉਸਦੀ ਭਤੀਜੀ ਰਸ਼ਮੀ ਦੇ ਦੋਸਤ ਜਦ ਸੁਮਨ ਨੂੰ ਰਸ਼ਮੀ ਨਾਲ ਦੇਖਦੇ ਤਾਂ ਉਸ ਨੂੰ ਉਸਦੀ ਫਰੈਂਡ ਸਮਝਦੇ ਸਨ। ਸੁਮਨ ਦਾ ਉਸ ਦਿਨ ਵਰਤ ਸੀ ਜੋ ਉਸਨੇ ਅਰਪਿਤ ਲਈ ਰੱਖਿਆ ਹੋਇਆ ਸੀ। ਸੁਮਨ ਦਾ ਗਲਾ ਪਹਿਲਾਂ ਹੀ ਸੁੱਕਿਆ ਹੋਇਆ ਸੀ ਅਤੇ ਉਸਨੂੰ ਇਹ ਪ੍ਰੋਬਲਮ ਰਹੀ ਸੀ ਕਿ ਜੇ ਉਸਨੂੰ ਟੈਂਸ਼ਨ ਹੋ ਜਾਂਦੀ ਤਾਂ ਉਸਦਾ ਗਲਾ ਬੁਰੀ ਤਰ੍ਹਾਂ ਬੈਠ ਜਾਂਦਾ ਸੀ ਅਤੇ ਉਹ ਬੋਲ ਹੀ ਨਹੀਂ ਪਾਉਂਦੀ ਸੀ। ਉਸਦਾ ਗਲਾ ਅਕਸਰ ਖਰਾਬ ਰਹਿੰਦਾ ਸੀ ਕਿਉਂਕਿ ਇਹ ਪ੍ਰੋਬਲਮ ਉਸਦੀ ਹਾਰਟ ਨਾਲ ਰਿਲੇਟਡ ਵੀ ਸੀ, ਕਿਉਂਕਿ ਉਸਦੀ ਪ੍ਰੋਬਲਮ ਦੇ ਚੱਲਦੇ ਉਸਨੂੰ ਜੋ ਦਿਲ ਦੀ ਬਿਮਾਰੀ ਸੀ ਉਸਦਾ ਸਿੱਧਾ ਕਨੈਕਸ਼ਨ ਗਲੇ ਦੀ ਇਸ ਪ੍ਰੋਬਲਮ ਨਾਲ ਵੀ ਸੀ, ਜਿਸ ਕਾਰਨ ਉਸਦਾ ਸਟਰੈਪ ਥਰੋਟ ਰਹਿੰਦਾ ਸੀ ਅਤੇ ਟੈਂਸ਼ਨ ਵਿੱਚ ਇਹ ਹੋਰ ਵੱਧ ਜਾਂਦਾ ਸੀ। ਅਤੇ ਉਸਦਾ ਸਭ ਤੋਂ ਪਹਿਲਾਂ
ਗਲਾ ਹੀ ਬੈਠਦਾ ਸੀ। ਜਦ ਵੀ ਉਹ ਟੈਨਸ਼ਨ 'ਚ ਹੁੰਦੀ ਜਾਂ ਕਿਸੇ ਚੀਜ਼ ਬਾਰੇ ਟੈਨਸ਼ਨ 'ਚ ਜ਼ਿਆਦਾ ਸੋਚਦੀ, ਜੋ ਉਸਨੂੰ ਟੈਨਸ਼ਨ ਜਾਂ ਥਕਾਵਟ 'ਚ ਕੋਈ ਗਾਣਾ ਰਿਕਾਰਡ ਕਰਨਾ ਪਵੇ ਤਾਂ ਉਹ ਕਰ ਨਹੀਂ ਸਕਦੀ ਸੀ ਟੈਨਸ਼ਨ ਵਿੱਚ। ਜਾਂ ਤਾਂ ਉਸਨੂੰ ਮਾਈਗ੍ਰੇਨ ਹੋ ਜਾਂਦਾ ਸੀ ਜਾਂ ਫਿਰ ਉਸਦਾ ਗਲਾ ਬੈਠ ਜਾਂਦਾ ਸੀ। ਸੁਮਨ ਦੀ ਰਿਊਮੈਟਿਕ ਹਾਰਟ ਡਿਸੀਜਨ ਕਾਰਨ ਉਸਨੂੰ ਗਲੇ, ਸਕਿਨ ਅਤੇ ਸਿਰ ਦੀਆਂ ਪ੍ਰੋਬਲਮ ਜਲਦ ਹੀ ਹੋ ਜਾਂਦੀਆਂ ਸਨ, ਜੋ ਉਸ ਲਈ ਆਮ ਗੱਲ ਹੋ ਚੁੱਕੀ ਸੀ। ਇਸ ਕਹਾਣੀ ਦਾ ਅਗਲਾ ਭਾਗ ਤੁਹਾਡੇ ਲਈ ਕੱਲ੍ਹ ਨੂੰ ਪੇਸ਼ ਕੀਤਾ ਜਾਵੇਗਾ। ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ। ਤੁਹਾਡਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ